ਭਾਰਤ ਵਿੱਚ ਔਰਤਾਂ ਖਿਲਾਫ ਹਿੰਸਾ ਕੋਈ ਨਵੀਂ ਗੱਲ ਨਹੀਂ ਹੈ, ਇਸ ਦੇ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਇਸੇ ਤਰ੍ਹਾਂ ਦੀ ਇੱਕ ਖਬਰ ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਵਿੱਚ ਸਥਿਤ ਪਿੰਡ ਤੋਂ ਆ ਰਹੀ ਹੈ। ਇੱਕ 14 ਸਾਲ ਦੀ ਕੁੜੀ ਹਰ ਰੋਜ਼ ਦੀ ਤਰ੍ਹਾਂ ਖੁਸ਼ੀ-ਖੁਸ਼ੀ ਆਪਣੀ ਬੱਕਰੀਆਂ ਨੂੰ ਲੈ ਕੇ ਉਹਨਾਂ ਨੂੰ ਚਰਾਉਣ ਦੇ ਲਈ ਘਰੋਂ ਨਿਕਲਦੀ ਹੈ। ਬੱਕਰੀਆਂ ਚਰਨ ਤੋਂ ਬਾਅਦ ਦੁਪਹਿਰ ਨੂੰ ਘਰੇ ਵਾਪਸ ਪਰਤ ਆਉਂਦੀਆਂ ਨੇ, ਪਰ ਕੁੜੀ ਘਰੇ ਪਰਤ ਕੇ ਨਹੀਂ ਆਉਂਦੀ। ਘਰ ਦੇ ਸੋਚਦੇ ਨੇ ਕਿ ਬੱਕਰੀਆਂ ਤੇਜ਼ ਤੁਰ ਕੇ ਪਹਿਲਾਂ ਆ ਗਈਆਂ ਨੇ, ਸ਼ਾਇਦ ਕੁੜੀ ਪਿੱਛੇ ਹੀ ਆਉਂਦੀ ਹੋਵੇਗੀ। ਪਰ ਦੁਪਹਿਰ ਤੋਂ ਸ਼ਾਮ ਹੋ ਗਈ ਪਰ ਕੁੜੀ ਘਰੇ ਵਾਪਸ ਨਾ ਪਰਤੀ ਤਾਂ ਘਰਦਿਆਂ ਨੂੰ ਫਿਕਰ ਹੋਣ ਲੱਗੀ। ਇਸੇ ਫਿਕਰ ਦੇ ਚਲਦਿਆਂ ਉਸਦੇ ਵੱਡੇ ਭਰਾ ਅਤੇ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ, ਪਰ ਕੁੜੀ ਦਾ ਕੁਝ ਪਤਾ ਨਾ ਲੱਗਿਆ। ਕੁੜੀ ਨੂੰ ਲੱਭਦਿਆਂ ਲੱਭਦਿਆਂ ਰਾਤ ਦੇ 8 ਵੱਜ ਗਏ। ਉਹਨਾਂ ਨੇ ਜਦੋਂ ਪਿੰਡ ਦੇ ਬਾਹਰ ਵੱਲ ਨੂੰ ਨਿਗਾਹ ਮਾਰੀ ਤਾਂ ਪਿੰਡ ਦੇ ਬਾਹਰ ਵੱਲ ਲੱਕੜਾਂ ਨੂੰ ਸਾੜ ਕੇ ਕੋਲਾ ਬਣਾਉਣ ਵਾਲੀ ਭੱਠੀ ਜਲ ਰਹੀ ਸੀ। ਉਹਨਾਂ ਨੂੰ ਸ਼ੱਕ ਹੋਇਆ ਕਿਉਂਕਿ ਮੀਂਹ ਦੇ ਮੌਸਮ ਵਿੱਚ ਬਹੁਤ ਹੀ ਘੱਟ ਭੱਠੀਆਂ ਜਲਦੀਆਂ ਸੀ। ਉਹਨਾਂ ਨੇ ਜਦੋਂ ਭੱਠੀ ਦੇ ਕੋਲ ਜਾ ਕੇ ਦੇਖਿਆ ਤਾਂ ਬੱਚੀ ਦੀ ਜੁੱਤੀ ਭੱਠੀ ਦੇ ਬਾਹਰ ਪਈ ਸੀ, ਤਾਂ ਉਹਨਾਂ ਦਾ ਸ਼ੱਕ ਪੱਕਾ ਹੋ ਗਿਆ। ਉਹਨਾਂ ਨੇ ਭੱਠੀ ਦੇ ਅੰਦਰ ਦੇਖਿਆ ਤਾਂ ਕੁੜੀ ਨੇ ਚਾਂਦੀ ਦਾ ਕੜਾ ਪਾਇਆ ਹੋਇਆ ਸੀ। ਉਹ ਕੜਾ ਉਸ ਭੱਠੀ ਦੇ ਵਿੱਚੋਂ ਲੱਭਿਆ ਅਤੇ ਉਸ ਦੀਆਂ ਸੜੇ ਹੋਏ ਹੱਥ ਦੀਆਂ ਉਂਗਲਾਂ ਵੀ ਲੱਭੀਆਂ। ਪਿੰਡ ਵਾਲਿਆਂ ਨੇ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ। ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਬੱਚੇ ਦੇ ਜਲੇ ਹੋਏ ਹੱਡਾਂ ਨੂੰ ਭੱਠੀ ਦੇ ਵਿੱਚੋਂ ਬਾਹਰ ਕੱਢ ਰਹੀ ਹੈ, ਜਿਸ ਭੱਠੀ ਦੇ ਵਿੱਚ ਲੱਕੜ ਨੂੰ ਬਾਲ ਕੇ ਕੋਲਾ ਬਣਾਇਆ ਜਾਂਦਾ ਹੈ। ਅਪਰਾਧੀਆਂ ਨੇ ਉਸ ਭੱਠੀ ਦੇ ਵਿੱਚ ਕੁੜੀ ਨੂੰ ਸਾੜ ਦਿੱਤਾ। ਸ਼ੰਕਾ ਜਤਾਈ ਜਾ ਰਹੀ ਹੈ ਕਿ ਕੁੜੀ ਦਾ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਭੱਠੀ ਵਿੱਚ ਝੋਂਕ ਦਿੱਤਾ ਗਿਆ ਅਤੇ ਉਸ ਨੂੰ ਸਾੜ ਦਿੱਤਾ ਗਿਆ। ਅਜਿਹੀਆਂ ਘਟਨਾਵਾਂ ਦਿਲ ਨੂੰ ਦਹਿਲਾ ਕੇ ਰੱਖ ਦਿੰਦੀਆਂ ਨੇ। ਅਜਿਹੀਆਂ ਘਟਨਾਵਾਂ ਦੇ ਨਾਲ ਬਹੁਤ ਦੁੱਖ ਹੁੰਦਾ ਹੈ। ਕੋਈ ਇੰਨਾ ਕਰੂਰ ਤੇ ਜ਼ਾਲਿਮ ਕਿਵੇਂ ਹੋ ਸਕਦਾ ਹੈ? ਪੂਰੇ ਦੇਸ਼ ਦੇ ਅੰਦਰ ਅਜਿਹਾ ਵਾਤਾਵਰਨ ਬਣ ਚੁੱਕਿਆ ਹੈ। ਭਾਰਤੀ ਸਮਾਜ ਬੁਰੀ ਤਰ੍ਹਾਂ ਬਿਮਾਰ ਹੈ। ਹਰ ਥਾਂ ਦਰਿੰਦਗੀ ਦਾ ਨੰਗਾ ਨਾਚ ਹੈ। ਆਖਿਰ ਕੋਈ ਕਿੱਥੋਂ ਤੱਕ ਰਾਖੀ ਕਰ ਲਵੇਗਾ? ਬੱਚੀ ਨਾਲ ਦਰਿੰਦਗੀ ਕਰਨ ਵਾਲੇ ਅਪਰਾਧੀਆਂ ਨਾਲ ਕਿਹੋ ਜਿਹਾ ਸਲੂਕ ਹੋਣਾ ਚਾਹੀਦਾ ਹੈ? ਕਮੈਂਟ ਕਰਕੇ ਜ਼ਰੂਰ ਦੱਸਿਓ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ।